ਸੋਡੀ ਸੁਲਤਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ, ਸਾਰੀ ਸੰਗਤ ਹੱਥ ਜੋੜ ਅਦਬ ਸਤਿਕਾਰ ਸਹਿਤ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਸਮੁੱਚੀ ਕੌਮ ਵਾਸਤੇ, ਸਮੁੱਚੇ ਪੰਥ ਵਾਸਤੇ ਬਹੁਤ ਹੀ ਪਾਵਨ ਪਵਿੱਤਰ ਦਿਹਾੜਾ ਹੈ। ਬਹੁਤ ਵੱਡੀ ਸਿੱਖਿਆ ਪੰਥ ਨੂੰ ਅੱਜ ਦੇ ਸ਼ੁਭ ਦਿਹਾੜੇ ਤੋਂ ਮਿਲਦੀ ਹੈ ਕਿ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਮਹਾਨ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਂਹ ਰਖਾਈ। ਇਤਿਹਾਸ ਦਾ ਜ਼ਿਕਰ ਹੈ, ਕਿਸੀ ਰਾਜ ਨਹਿ ਹੱਥ ਲਗਾਇਓ, ਬੁੱਢੇ ਆਓ ਗੁਰਦਾਸ ਬਣਾਇਓ। ਇਹ ਜਿਹੜਾ ਪਾਵਨ ਪਵਿੱਤਰ ਅਸਥਾਨ ਹੈ, ਤਖਤ ਸਾਹਿਬ ਹੈ, ਇਹ ਕਿਸੇ ਰਾਜ ਮਿਸਤਰੀ ਨੇ ਨਹੀਂ ਬਣਾਇਆ। ਇਹਦੀ ਨੀਂਹ ਸਤਿਗੁਰਾਂ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਰੱਖੀ ਅਤੇ ਉਸਾਰੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਕੀਤੀ ਹੈ। ਕਿਸੇ ਮਿਸਤਰੀ ਨੇ ਤਖਤ ਸਾਹਿਬ ਦੇ ਇਸ ਥੜੇ ਨੂੰ ਹੱਥ ਨਹੀਂ ਲਾਇਆ। ਨਿਗਰਾਨੀ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਇਹ ਸਾਰੀ ਉਸਾਰੀ ਦੀ ਸੇਵਾ ਹੋਈ। 11 ਸਾਲ ਦੀ ਸਤਿਗੁਰਾਂ ਦੀ ਜੋ ਸੰਸਾਰਕ ਸਰੀਰਕ ਉਮਰ ਹੈ, ਔਰ ਸਤਿਗੁਰੂ ਇਸ ਤਖਤ 'ਤੇ ਬਿਰਾਜਮਾਨ ਹੋਏ। ਭਾਈ ਨੱਥਾ ਭਾਈ ਅਬਦੁੱਲਾ ਜੀ ਨੇ ਬਹੁਤ ਸੁੰਦਰ ਲਿਖਿਆ ਹੈ, ਉਹ ਕਹਿੰਦੇ ਸੱਚੈ ਤਖਤ ਸੁਹਾਇਓ ਸ੍ਰੀ ਗੁਰਪਾਇਕ ਹੈ, ਸ਼ਬ ਵਰਨੀ ਨਹਿ ਜਾਏ ਕਹੂੰ ਕਿਆ ਗਾਇਕ ਹੈ, ਰਵ ਸੱਸ ਭੈ ਮਲੀਨ ਸੋ ਦਰਸ ਦਿਖਾਇਕ ਹੈ, ਮੀਰ ਅਬਦੁੱਲ ਔ ਨੱਥ ਜਸ ਕਹਿ ਸੁਣਾਇਕ ਹੈ। ਸਤਿਗੁਰੂ ਤਖਤ 'ਤੇ ਬਿਰਾਜਮਾਨ ਹੋਏ ਅਤੇ ਸਿੱਖੀ ਦੇ ਕੁਤਬੀ ਸਤਾਰੇ ਆਦਿ ਸਿੱਖ ਇੰਦਰੀ ਜਿੱਤ ਸਿੱਖ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮੇਰੀ ਪੀਰ ਦੇ ਮਾਲਕ ਸਤਿਗੁਰੂ ਨੂੰ ਇਸ ਤਖਤ 'ਤੇ ਮੇਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਵਾਈਆਂ। 1606 ਈਸਵੀ 11 ਸਾਲ ਦੀ ਸਤਿਗੁਰਾਂ ਦੀ ਸਰੀਰਕ ਉਮਰ ਹੈ।
ਤੇ ਸਤਿਗੁਰੂ ਜੀ ਤਖਤ ਤੇ ਬਿਰਾਜਮਾਨ ਹੋਏ। ਢਾਡੀਆਂ ਨੇ ਵਾਰ ਗਾਈ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾ ਕੋਟਗੜ੍ਹ, ਦਰਵਾਜ਼ਾ ਬਲਖ ਬੁਖੀਰ ਦੀ, ਨਾਲ ਸਿਪਾਹੀ ਨੀਲ, ਨਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਗੁਰਮੁਖੋ ਇਸ ਤਖਤ ਨੇ ਔਰ ਤਖਤ ਤੇ ਸਤਿਗੁਰਾਂ ਦਾ ਬਿਰਾਜਮਾਨ ਹੋਣਾ ਤੇ ਮੇਰੇ ਪੀਰ ਦੀਆਂ ਦੋ ਕਿਰਪਾਨਾਂ ਸਤਿਗੁਰਾਂ ਨੇ ਧਾਰਨ ਕਰਕੇ ਤੇ ਦਿੱਲੀ ਦੇ ਤਖਤ ਨੂੰ ਇੱਕ ਬਹੁਤ ਵੱਡਾ ਚੈਲੰਜ ਕੀਤਾ। ਉਸ ਦਿਨ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ, ਇੱਕ ਇਨਕਲਾਬੀ ਯੁੱਗ ਦੀ ਸ਼ੁਰੂਆਤ ਮੇਰੇ ਪੀਰ ਦੇ ਮਾਲਕ ਨੇ ਤਖਤ ਤੇ ਬਿਰਾਜਮਾਨ ਹੋ ਕੇ ਤੇ ਮੇਰੇ ਪੀਰ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਪੀਰ ਦੀ ਕਿਰਪਾਨ ਅਧਿਆਤਮਿਕਤਾ ਦੀ ਨਿਸ਼ਾਨੀ ਤੇ ਮੇਰੀ ਦੀ ਕਿਰਪਾਨ ਬਾਦਸ਼ਾਹਤ ਦੀ ਨਿਸ਼ਾਨੀ। ਸਿੱਖ ਨੇ ਬਾਦਸ਼ਾਹਤ ਭੋਗਦਿਆਂ ਹੋਇਆ, ਸਿੱਖ ਨੇ ਰਾਜ ਭਾਗ ਭੋਗਦਿਆਂ ਹੋਇਆ ਕਦੇ ਵੀ ਧਰਮ ਦਾ ਪੱਲਾ ਨਹੀਂ ਛੱਡਣਾ, ਅਧਿਆਤਮਿਕਤਾ ਦਾ ਪੱਲਾ ਨਹੀਂ ਛੱਡਣਾ। ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਮੀਰੀ ਅਤੇ ਪੀਰੀ ਦਾ ਬਹੁਤ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਕਿ ਜਿੱਥੇ ਸਿੱਖ ਰਾਜ ਭਾਗ ਦਾ ਮਾਲਕ ਬਣੇ, ਜਿੱਥੇ ਸਿੱਖ ਵੱਡੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹੋਵੇ, ਉੱਥੇ ਸਿੱਖ ਕਦੇ ਵੀ ਆਪਣੇ ਗੁਰੂ ਦਾ ਪੱਲਾ ਨਾ ਛੱਡੇ, ਅਧਿਆਤਮਿਕਤਾ ਦਾ ਪੱਲਾ ਨਾ ਛੱਡੇ, ਆਪਣੇ ਮਨ ਵਿੱਚੋਂ ਕਦੇ ਵੀ ਉਸ ਦਾਤੇ ਨੂੰ, ਉਸ ਪਰਮੇਸ਼ਵਰ ਨੂੰ ਵਿਸਾਰੇ ਨਾ। ਆਪਣੇ ਮਨ ਵਿੱਚ ਇਹ ਭੈਰ ਰੱਖ ਕੇ ਚੱਲੇ ਕਿ ਜੇਕਰ ਮੇਰੇ ਕੋਲ ਅੱਜ ਬਾਦਸ਼ਾਹਤ ਹੈ ਤੇ ਇਹ ਕੇਵਲ ਪਰਮੇਸ਼ਵਰ ਦੀ ਕਿਰਪਾ ਨਾਲ ਹੈ, ਕੇਵਲ ਗੁਰੂ ਦੀ ਕਿਰਪਾ ਨਾਲ ਹੈ। ਜੇਕਰ ਗੁਰੂ ਦੀ ਕਿਰਪਾ ਨਹੀਂ ਹੋਏਗੀ ਤਾਂ ਸਾਡੇ ਕੋਲ ਗੁਰਮੁਖੋ ਰਾਜ ਭਾਗ ਬਾਦਸ਼ਾਹਤ ਵੀ ਨਹੀਂ ਰਹੇਗੀ। ਜਿੱਥੇ ਅੱਜ ਸਤਿਗੁਰੂ ਤਖਤ ਤੇ ਬਿਰਾਜਮਾਨ ਹੋਏ, ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਸਾਨੂੰ ਇੱਕ ਪਾਵਨ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ, ਉੱਥੇ ਅੱਜ ਦੇ ਦਿਨ ਮੇਰੇ ਪੀਰ ਦੇ ਮਾਲਕ ਨੇ ਆਪ ਕਿਰਪਾਨਾਂ ਧਾਰਨ ਕੀਤੀਆਂ ਤੇ ਸਮੁੱਚੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਵੀ ਜਾਰੀ ਕੀਤੇ ਸਨ ਕਿ ਸਮੁੱਚੇ ਸਿੱਖ ਸ਼ਸਤਰਧਾਰੀ ਹੋਣ। ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਵੀ ਉਸ ਦਿਨ ਆਪਣੇ ਗਾਤਰੇ ਕਿਰਪਾਨਾਂ ਧਾਰਨ ਕੀਤੀਆਂ ਸਨ। ਜਦੋਂ ਆਪ ਜੀ ਦਰਸ਼ਨ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਆਉਂਦੇ ਹੋ, ਹਰ ਰੋਜ਼ ਸ਼ਾਮ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਪਾਵਨ ਸ਼ਸਤਰਾਂ ਦੇ, ਜਿੱਥੇ ਆਪ ਜੀ ਸਤਿਗੁਰਾਂ ਦੇ ਜੋ ਸ਼ਸਤਰ ਨੇ ਉਹਨਾਂ ਦੇ ਦਰਸ਼ਨ ਕਰਦੇ ਹੋ, ਸ਼ਹੀਦ ਸਿੰਘਾਂ ਦੇ ਸ਼ਸਤਰ ਦਰਸ਼ਨ ਕਰਦੇ ਹੋ, ਉੱਥੇ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਸਾਹਿਬ ਦੇ ਵੀ ਦਰਸ਼ਨ ਕਰਦੇ ਹੋ, ਜਿਹੜੀ ਸ੍ਰੀ ਸਾਹਿਬ ਜੋ ਰੋਜ਼ਾਨਾ ਚੌਂਕੀ ਸਾਹਿਬ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕਰਦੀ ਹੈ, ਉਸ ਚੌਂਕੀ ਸਾਹਿਬ ਦੀ ਅਗਵਾਈ ਬਾਬਾ ਬੁੱਢਾ ਸਾਹਿਬ ਦੀ ਸ੍ਰੀ ਸਾਹਿਬ ਕਰਦੀ ਹੈ। ਇਹ ਸਤਿਗੁਰਾਂ ਦਾ ਹੁਕਮ ਸੀ ਕਿ ਸਿੱਖ ਸ਼ਸਤਰਧਾਰੀ ਹੋਣ। ਇੱਕ ਹੋਰ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਸਾਡੇ ਕੋਲ ਚੰਗੇ ਸ਼ਸਤਰ, ਚੰਗੇ ਘੋੜੇ ਅਤੇ ਚੰਗੇ ਜਵਾਨ ਭੇਜੇ ਜਾਣ, ਕਿਉਂਕਿ ਹੁਣ ਇੱਕ ਜੰਗ ਦੀ ਸ਼ੁਰੂਆਤ ਹੋਣ ਲੱਗੀ ਹੈ ਅਤੇ ਸਾਨੂੰ ਹੋਰਨਾਂ ਵਸਤੂਆਂ ਦੀ ਲੋੜ ਨਹੀਂ, ਸਾਨੂੰ ਚੰਗੇ ਜਵਾਨ, ਚੰਗੇ ਸ਼ਸਤਰ, ਚੰਗੇ ਘੋੜਿਆਂ ਦੀ ਲੋੜ ਹੈ। ਜਥਿਆਂ ਦੇ ਰੂਪ ਵਿੱਚ ਉਸ ਦਿਨ ਸਿੱਖ ਆਏ
ਤੇ ਇਤਿਹਾਸ ਕਹਿੰਦਾ ਕਿ ਸਭ ਤੋਂ ਵੱਡਾ ਜਥਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਲੈ ਕੇ ਪਹੁੰਚੇ। ਔਰ ਅੱਜ ਦੇ ਦਿਨ ਹੀ ਗੁਰਮੁਖੋ ਢਾਡੀਆਂ ਨੂੰ ਜਨਮ ਦਿੱਤਾ ਹੈ ਬੀਰੀ ਪੀਰ ਦੇ ਮਾਲਕ ਸਤਿਗੁਰੂ ਨੇ। ਹਾਥੀਆਂ 'ਤੇ ਬਿਠਾ ਕੇ ਢਾਡੀ ਭਾਈ ਨੱਥਾ ਭਾਈ ਅਬਦੁੱਲਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਲਿਆਂਦਾ ਗਿਆ। ਔਰ ਢਾਡੇ ਯੁੱਗ ਦੀ ਸ਼ੁਰੂਆਤ ਵੀ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੀਤੀ ਹੈ। ਗੁਰਮੁਖੋ ਢਾਡੀ ਸਿੰਘ, ਕਵੀਸ਼ਰ ਸਿੰਘ, ਰਾਗੀ ਸਿੰਘ, ਗ੍ਰੰਥੀ ਸਿੰਘ, ਪਾਠੀ ਸਿੰਘ, ਪ੍ਰਚਾਰਕ ਸਿੰਘ, ਕਥਾਵਾਚਕ ਸਿੰਘ, ਇਹ ਪ੍ਰਚਾਰਕ ਸਾਡੇ ਕੌਮ ਦੀਆਂ ਪ੍ਰਣਾਲੀਆਂ ਨੇ। ਔਰ ਜੋ ਸਾਡੇ ਵੱਲੋਂ ਇਹਨਾਂ ਦਾ ਤਿਰਸਕਾਰ ਕੀਤਾ ਜਾਂਦਾ ਹੈ, ਪਾਠੀ ਸਿੰਘਾਂ ਨਾਲ ਤਿਰਸਕਾਰ, ਗ੍ਰੰਥੀ ਸਿੰਘਾਂ ਨਾਲ ਤਿਰਸਕਾਰ, ਪ੍ਰਚਾਰਕਾਂ ਨੂੰ ਸਨਮਾਨ ਨਾ ਦੇਣਾ, ਢਾਡੀਆਂ ਨੂੰ ਸਨਮਾਨ ਨਾ ਦੇਣਾ, ਗ੍ਰੰਥੀ ਸਿੰਘਾਂ ਨੂੰ ਸਨਮਾਨ ਨਾ ਦੇਣਾ, ਗੁਰਮੁਖੋ ਇਹ ਬੜਾ ਘਾਟੇ ਵਾਲਾ ਸਾਡੇ ਸਾਰਿਆਂ ਵਾਸਤੇ ਸੌਦਾ ਹੈ। ਜਿਹੜੀ ਕੌਮ ਆਪਣੇ ਪ੍ਰਚਾਰਕਾਂ ਦਾ ਸਨਮਾਨ ਨਹੀਂ ਕਰੇਗੀ, ਉਹ ਕੌਮ ਕਦੇ ਵੀ ਤਰੱਕੀ ਨਹੀਂ ਕਰ ਸਕਦੀ। ਕਿਸੇ ਕੌਮ ਕੋਲ ਇੰਨਾ ਅਮੀਰ ਇਤਿਹਾਸ ਨਹੀਂ, ਕਿਸੇ ਕੌਮ ਕੋਲ ਇੰਨਾ ਅਮੀਰ ਵਿਰਸਾ ਨਹੀਂ, ਕਿਸੇ ਧਰਮ ਦੇ ਕਿਸੇ ਰਹਿਬਰ ਨੇ ਆਪਣੇ ਪ੍ਰਚਾਰਕਾਂ ਨੂੰ ਆਪ ਜਨਮ ਨਹੀਂ ਦਿੱਤਾ। ਇਹ ਮਾਣ ਕੇਵਲ ਅਤੇ ਕੇਵਲ ਸਿੱਖ ਪੰਥ ਨੂੰ ਮਿਲਿਆ ਕਿ ਮੇਰੇ ਪੀਰ ਦੇ ਮਾਲਕ ਸਤਿਗੁਰੂ ਨੇ ਢਾਡੀ ਪ੍ਰਥਾ ਦੀ ਆਰੰਭਤਾ ਕੀਤੀ। ਔਰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਵੀਸ਼ਰਾਂ ਨੂੰ ਜਨਮ ਦਿੱਤਾ, ਕਿੱਥੇ ਢਾਡੀ ਸਾਨੂੰ ਵਾਰਾਂ ਸੁਣਾ ਕੇ ਸਾਡੇ ਵਿੱਚ ਵੀਰ ਰਸ ਪੈਦਾ ਕਰਦੇ ਨੇ, ਉੱਥੇ ਕਵੀਸ਼ਰ ਸਾਨੂੰ ਸਤਿਗੁਰਾਂ ਦਾ ਇਤਿਹਾਸ ਕਵਿਤਾਵਾਂ ਦੇ ਰੂਪ ਵਿੱਚ ਸੁਣਾ ਕੇ ਵੀ ਸਾਨੂੰ ਨਿਹਾਲ ਕਰਦੇ ਨੇ। ਸੋ ਗੁਰਮੁਖੋ ਅੱਜ ਬਹੁਤ ਵੱਡਾ ਦਿਨ ਹੈ, ਜਿੱਥੇ ਆਪਾਂ ਅੱਜ ਸਤਿਗੁਰਾਂ ਦੇ ਪਾਵਨ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਇਸ ਪਾਵਨ ਪਵਿੱਤਰ ਦਿਹਾੜੇ 'ਤੇ ਜੁੜ ਬੈਠੇ ਹਾਂ। ਉੱਥੇ ਸਤਿਗੁਰਾਂ ਦੇ ਹੁਕਮ ਅਨੁਸਾਰ ਸ਼ਸਤਰਧਾਰੀ ਹੋਈਏ, ਸ਼ਸਤਰ ਕੇ ਅਧੀਨ ਹੈ ਰਾਜ, ਸਿੱਖ ਰਾਜ ਦੀ ਗੱਲ ਕਰਦੇ ਕਿ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ। ਸਤਿਗੁਰ ਕਹਿੰਦੇ ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੇ ਤਿਸ ਬਿਗਰਸ ਕਾਜ, ਰਾਜ ਬਿਨਾਂ ਨੇ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਬਲੇ ਹੈ। ਕੋਈ ਵੀ ਧਰਮ ਜਿਹੜਾ ਉਹ ਰਾਜ ਭਗਤ ਤੋਂ ਬਿਨਾਂ ਨਹੀਂ ਚੱਲਦਾ, ਅਤੇ ਸਾਡੇ ਪੁਰਖਿਆਂ ਨੇ ਇਹ ਦਾਅਵਾ ਕੀਤਾ ਕਿ ਹਮ ਰਾਖਤ ਪਾਤਸ਼ਾਹੀ ਦਾਅਵਾ, ਸਾਡੇ ਪੁਰਖਿਆਂ ਨੇ ਪਾਤਸ਼ਾਹ ਬਣਨ ਦਾ ਬਾਦਸ਼ਾਹਤ ਦਾ ਦਾਅਵਾ ਕੀਤਾ। ਸਿੱਖ ਨੇ ਰਾਜ ਭਾਗ ਦੇ ਮਾਲਕ ਬਣਨਾ, ਸਿੱਖ ਨੇ ਰਾਜ ਭੋਗਿਆ ਹੈ, ਔਰ ਉਸ ਸਿੱਖ ਰਾਜ ਦਾ ਜਿਹੜਾ ਰਾਜ ਹੈ ਉਹਦੀ ਰਾਜ ਪ੍ਰਣਾਲੀ ਜਿਹਨੂੰ ਸਮੁੱਚਾ ਸੰਸਾਰ ਅੱਜ ਮੰਨਦਾ, ਸਮੁੱਚਾ ਇਤਿਹਾਸ ਮੰਨਦਾ ਕਿ ਉਹ 40 ਸਾਲ ਦਾ ਜਿਹੜਾ ਸਿੱਖ ਰਾਜੇ ਦਾ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਰਾਜ, ਉਹੋ ਜਿਹਾ ਰਾਜ ਕਦੇ ਵੀ ਪਿਛਲੇ ਇਤਿਹਾਸ ਵਿੱਚ ਸੰਸਾਰ ਵਿੱਚ ਨਹੀਂ ਹੋਇਆ। ਆਪਾਂ ਰਾਜ ਭਾਗ ਦੇ ਮਾਲਕ ਬਣਨਾ, ਲੇਕਿਨ ਸ਼ਸਤਰਧਾਰੀ ਹੋਣ ਤੋਂ ਬਿਨਾਂ ਸਾਨੂੰ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿੱਥੇ ਸ਼ਸਤਰਧਾਰੀ ਹੋ ਕੇ ਅਸੀਂ ਰਾਜ ਭਾਗ ਵੱਲ ਵਧਣਾ, ਉੱਥੇ ਗੁਰੂ ਕਾ ਹੁਕਮ ਮੰਨ ਕੇ, ਔਰ ਕਲਗੀਧਰ ਪਾਤਸ਼ਾਹ ਨੇ ਵੀ ਹੁਕਮ ਕੀਤਾ ਕਿ ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹਿ ਕਾਨ ਤਾਂ ਕੋ ਕਿਤੇ ਲੈ ਸਿਧਾਨੋ, ਇਹ ਹੈ ਮੋਰ ਆਗਿਆ ਸੁਣ ਹੋਰੇ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਨਾ ਦੇਉ ਦਿਦਾਰੇ, ਜਬ ਹਮਰੇ ਦਰਸ਼ਨ ਕੋ ਆਵੋ, ਹੋਏ ਸੁਚੇਤ ਤਨ ਸ਼ਸਤਰ ਸਜਾਵੋ।
ਸ਼ਸਤਰਧਾਰੀ ਹੋ ਕੇ ਅੰਮ੍ਰਿਤਧਾਰੀ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਗੁਰਮੁਖੋ, ਹਰ ਸਾਲ ਪਿਛਲੇ ਸਾਲਾਂ ਤੋਂ ਜੋ ਇਹ ਸੇਵਾ ਆਰੰਭ ਕੀਤੀ ਗਈ ਹੈ ਕਿ ਇਸ ਦਿਹਾੜੇ 'ਤੇ ਸਤਿਗੁਰਾਂ ਦੇ ਤਖ਼ਤ ਬਿਰਾਜਣ ਔਰ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਦੇ ਇਸ ਪਵਿੱਤਰ ਦਿਹਾੜੇ 'ਤੇ ਸੰਗਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਬਾਅਦ ਸਮਾਗਮ ਦੀ ਸਮਾਪਤੀ ਦੇ ਉਪਰੰਤ ਸਤਿਗੁਰਾਂ ਦੇ ਮੀਰੀ ਅਤੇ ਪੀਰ ਦੀਆਂ ਦੋ ਜਿਹੜੀਆਂ ਕਿਰਪਾਨਾਂ ਨੇ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ। ਔਰ ਹੁਣ ਵੀ ਆਪ ਸਰਬੱਤ ਸੰਗਤਾਂ ਸਤਿਗੁਰਾਂ ਦੀਆਂ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਦੇ ਆਪ ਜੀ ਦਰਸ਼ਨ ਕਰੋ ਔਰ ਮਨ ਬਿਰਤੀ ਇਕਾਗਰ ਕਰਕੇ ਜਪੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ, ਇਹ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪੀਰੀ ਦੀ ਸ੍ਰੀ ਸਾਹਿਬ ਹੈ। ਪੀਰੀ ਅਧਿਆਤਮਿਕਤਾ ਦੀ ਨਿਸ਼ਾਨੀ ਹੈ, ਭਗਤੀ ਦਾ ਪ੍ਰਤੀਕ ਹੈ। ਸਤਿਗੁਰਾਂ ਨੇ ਭਗਤੀ ਦੀ ਅਧਿਆਤਮਿਕਤਾ ਦੀ ਜਿਹੜੀ ਸ੍ਰੀ ਸਾਹਿਬ ਹੈ ਉਹਨੂੰ ਆਪਣੇ ਗਾਤਰੇ ਧਾਰਨ ਕੀਤਾ। ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ ਇਹ ਮੀਰੀ ਦੀ ਸ੍ਰੀ ਸਾਹਿਬ ਹੈ। ਮੀਰੀ ਅਰਬੀ ਫਾਰਸੀ ਦਾ ਲਫਜ਼ ਹੈ, ਆਮਿਰ ਆਮੀਰ ਜਾਂ ਮੀਰ, ਭਾਵ ਕਿ ਬਾਦਸ਼ਾਹਤ ਦੀ ਨਿਸ਼ਾਨੀ। ਇਹ ਸ੍ਰੀ ਸਾਹਿਬ ਸਤਿਗੁਰਾਂ ਨੇ ਬਾਦਸ਼ਾਹਤ ਦੀ ਨਿਸ਼ਾਨੀ ਆਪਣੇ ਕਮਰ ਕੱਸੇ ਉਸ ਦਿਨ ਧਾਰਨ ਕੀਤੀ ਜਿਸ ਦਿਨ ਸਤਿਗੁਰਾਂ ਨੇ ਇਹ ਦੋਨੋਂ ਕਿਰਪਾਨਾਂ ਪਾਈਆਂ। ਮੀਰੀ ਅਤੇ ਪੀਰੀ ਦੀਆਂ ਦੋਨੋਂ ਕਿਰਪਾਨਾਂ ਸਤਿਗੁਰਾਂ ਨੇ ਆਪਣੇ ਗਾਤਰੇ ਧਾਰਨ ਕੀਤੀਆਂ, ਆਪਣੇ ਕਮਰ ਕੱਸੇ ਧਾਰਨ ਕੀਤੀਆਂ। ਮੀਰੀ ਅਤੇ ਪੀਰੀ ਦਾ ਬਹੁਤ ਪਾਵਨ ਪਵਿੱਤਰ ਸਿਧਾਂਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਔਰ ਸਮੁੱਚੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ। ਅੱਜ ਸਤਿਗੁਰਾਂ ਦੇ ਤਖ਼ਤ ਬਿਰਾਜਣ, ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਦੀਆਂ ਦਾਸ ਵੱਲੋਂ ਆਪ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ। ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ, ਉਪਰੰਤ ਸਤਿਗੁਰਾਂ ਦੇ ਹਜ਼ੂਰ ਦੀਵਾਨ ਸਜਿਆ, ਗੁਰਬਾਣੀ ਕੀਰਤਨ ਹੋਇਆ, ਗੁਰੂ ਚਰਨਾਂ ਵਿੱਚ ਅਰਦਾਸ ਹੋਈ, ਸਤਿਗੁਰਾਂ ਨੇ ਆਪਣੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤੇ ਔਰ ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਜਿਹੜਾ ਸ਼ਬਦ ਸੀ ਉਹ ਆਪ ਜੀ ਨੇ ਸਰਵਣ ਕੀਤਾ ਔਰ ਸੰਖੇਪ ਇਤਿਹਾਸ ਮੀਰੀ ਅਤੇ ਪੀਰੀ ਦਾ ਔਰ ਸਤਿਗੁਰਾਂ ਦੇ ਤਖ਼ਤ ਬਿਰਾਜਣ ਦਾ ਆਪ ਸੰਗਤ ਦੇ ਨਾਲ ਸਾਂਝਾ ਕੀਤਾ। ਸਮੁੱਚੇ ਖਾਲਸਾ ਪੰਥ ਨੂੰ ਅੱਜ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਭੁੱਲਾ ਚੁੱਕਾ ਦੀ ਖਿਮਾ ਸਭ ਨੂੰ ਜੀ ਆਇਆਂ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।